ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ, ਜਦੋਂ ਹਿਮਾਚਲ ਦੇ ਸੀਐਮ ਜੈਰਾਮ ਠਾਕੁਰ ਅਤੇ ਹਰਿਆਣਾ ਤੋਂ ਮਨੋਹਰ ਲਾਲ ਖੱਟੜ ਹੋਏ ਸੁਲਤਾਨਪੁਰ ਲੋਧੀ ਨਤਮਸਤਕ ਤੇ ਸੁਲਤਾਨਪੁਰ ਲੋਧੀ ਦੀਆਂ ਸੜਕਾਂ ਤੇ ਹਰ ਪਾਸੇ ਸੰਗਤ ਹੀ ਸੰਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਤੋਂ ਸਭ ਆਖੋ ਵੀ ਜਾਣਦੇ ਹੋ ਕਿ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਚੱਲਦਿਆਂ ਰੋਜ਼ਾਨਾ ਲੱਖਾਂ ਦੀ ਤਾਦਾਦ ਵਿੱਚ ਸਿੱਖ ਸੰਗਤ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਰਹੀ ਹੈ ਨਤਮਸਤਕ ਹੋਣ ਵਾਸਤੇ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ, ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ। ਇਸ ਮੌਕੇ ਹਿਮਾਚਲ ਦੇ ਸੀਐਮ ਵੀ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ, ਜਿਨ੍ਹਾਂ ਦੇ ਨਾਲ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਅਕਾਲੀ ਦਲ ਦੇ ਹੋਰ ਵੀ ਕਈ ਸੀਨੀਅਰ ਆਗੂ ਮੌਜੂਦ ਰਹੇ, ਜਿਨ੍ਹਾਂ ਨੇ ਕਿਰਬੇਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਬੀਬੀ ਜਾਗੀਰ ਕੌਰ ਵੀ ਉਹਨਾਂ ਦੇ ਨਾਲ ਸੀ, ਜਿਨ੍ਹਾਂ ਨੇ ਸੰਗਤਾਂ ਨੂੰ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਵਧਾਈ ਦਿੱਤੀ। ਅੱਜ ਬਹੁਤ ਮੇਰੀ ਖੁਸ਼ਕਿਸਮਤੀ ਹੈ ਕਿ ਸੁਲਤਾਨਪੁਰ ਲੋਧੀ ਵਿਖੇ ਨਾਨਕ ਦੇਵ ਜੀ ਮਹਾਰਾਜ ਹੋਣ ਦੇ ਬਹੁਤ ਸਾਲਾਂ ਉਹਨਾਂ ਨੇ ਦਿਖਾਏ ਔਰ ਆਪਣੀ ਸਿੱਖਿਆ ਸਮਾਜ ਜਿਹੜੇ ਸਿਧਾਂਤ ਬਣਾਏ ਉਹਨਾਂ ਦੀ ਸ਼ੁਰੂਆਤ ਤੋਂ ਰਸਤਾ ਦੇਖਣ ਨੂੰ ਹੋਈ। ਬੜੇ ਸਥਾਨ ਦਾ ਪਵਿੱਤਰ ਸਥਾਨ ਹੈ, ਗੁਰਦਾਸਪੁਰ ਸਾਹਿਬ ਦਾ ਉਚਾਰਦਾਇਕ ਪਹਿਲੇ ਉਚਾਰ ਦਾ ਸਥਾਨ, ਇੱਥੇ ਆ ਕੇ ਬਹੁਤ ਸ਼ਾਂਤੀ ਮਿਲਦੀ ਹੈ ਔਰ ਉਹਨਾਂ ਦੀ ਜਿਹੜੀ ਜਿਹੜੀ ਸਿੱਖਿਆ ਹੈ, ਜਿਹੜੇ ਸਿਧਾਂਤ ਹੈ ਉਹ ਸਾਨੂੰ ਵੀ ਸਮਾਜ ਦੇ ਜਿਹੜੇ ਲਾਗੂ ਕਰਨ ਵਾਸਤੇ ਜਿਹੜੀ ਪ੍ਰੇਰਣਾ ਮਿਲਦੀ ਹੈ ਉਹ ਇਸ ਤਰ੍ਹਾਂ ਦੇ ਪੂਰਾ ਮੰਨ ਸਕਦੀ ਹੈ। ਬਹੁਤ ਹੀ ਅੱਛਾ ਆਪਸੀ ਭਾਈਚਾਰੇ ਦਾ ਜਿਹੜਾ ਸੰਦੇਸ਼ ਗੁਰੂ ਸਾਹਿਬ ਦਾ ਸੀਗਾ ਉਹ ਇਸ ਤੋਂ ਵੱਡੀ ਹੋਰ ਕੋਈ ਮਿਸਾਲ ਨਹੀਂ ਹੋ ਸਕਦੀ ਕਿ ਸਾਡਾ ਜਿਹੜਾ ਹਿੰਦੁਸਤਾਨ ਪਾਕਿਸਤਾਨ ਬਣਨ ਦਾ ਜਿਹੜਾ ਉਸ ਵੇਲੇ ਵਿਭਾਜਨ ਹੋਇਆ ਸੀ ਜਿਹੜੇ ਜ਼ਖਮ ਸੀਗੇ, ਆਖਿਰ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਇਹ ਜਿਹੜੇ ਉਪਰਾਲੇ ਹੋਏ ਆ ਇਹਨਾਂ ਦੇ ਵਿੱਚ ਮਰਮ ਇੱਕ ਲੱਗਦੀ ਹੈ ਔਰ ਆਪਸੀ ਭਾਈਚਾਰਾ ਇਹ ਨਾ ਖਾਲੀ ਜਿਹੜਾ ਕਰਤਾਰਪੁਰ ਸਾਹਿਬ ਦਾ ਲੰਘਾ ਹੋਇਆ ਉਹ ਹੈ, ਬਲਕਿ ਮੈਂ ਤਾਂ ਕਹਿੰਦਾ ਕਿ ਉਸ ਜਿਸ ਤਰ੍ਹਾਂ ਅਯੋਧਿਆ ਦੇ ਰਾਮ ਮੰਦਰ ਭੂਮੀ ਦਾ ਮਸਲਾ ਜਿਹੜਾ ਉਹ ਹੱਲ ਹੋਇਆ ਉਹ ਕਈ ਸਾਲਾਂ 500 ਸਾਲਾਂ ਪੁਰਾਣਾ ਜਿਹੜਾ ਉਹ ਚੱਲ ਰਿਹਾ ਸੀ ਔਰ ਉਹ ਵੀ ਆਪਸੀ ਸਮਝ ਬੁੱਝ ਨਾਲ ਜਿਸ ਤਰ੍ਹਾਂ ਸੁਪਰੀਮ ਕੋਰਟ 5-0 ਦੇ ਹਿਸਾਬ ਨਾਲ ਜਿਸ ਤਰ੍ਹਾਂ ਡਿਸੀਜ਼ਨ ਦਿੱਤਾ ਔਰ ਉਹਦੇ ਵਿੱਚ ਸਮਾਜ ਦੀ ਇੱਕ ਧਾਰਨਾ ਗਈ ਹੈ ਕਿ ਨਾ ਕਿਸੇ ਦੀ ਜਿੱਤ ਹੋਈ ਹੈ ਨਾ ਕਿਸੇ ਦੀ ਹਾਰ ਹੋਈ ਹੈ, ਬਲਕਿ ਇਸ ਮਸਲੇ ਦਾ ਇੱਕ ਸਮਾਧਾਨ ਇੱਕ ਹੱਲ ਬਹੁਤ ਹੀ ਤਰੀਕੇ ਨਾਲ ਹੋਇਆ ਔਰ ਇਹ ਵੀ ਗੁਰੂ ਮਹਾਰਾਜ ਦੀ ਸਿੱਖਿਆ ਦੇ ਹਿਸਾਬ ਨਾਲ ਹੀ ਇਸ ਨਾਲ ਉਹੀ ਪ੍ਰੇਰਣਾ ਹੋਈ ਹੋਣੀ ਹੈ। ਇਸ ਤਰੀਕੇ ਨਾਲ ਬੜੀ ਆਸਾਨੀ ਹੋ ਰਹੀ ਸਰ ਅੱਜ ਮੈਂ ਪ੍ਰੋਗਰਾਮ ਬਣਾਇਆ ਨਹੀਂ ਲੇਕਿਨ ਮੈਂ ਜ਼ਰੂਰ ਸੋਚਿਆ ਹੈ ਕਿ ਬਹੁਤ ਜਲਦੀ ਕਿਉਂਕਿ ਸਾਡਾ ਜੀ ਸੈਕਿੰਡ ਟਰਮ ਜਿਹੜੀ ਹੈ ਉਹ ਅਸੀਂ ਸ਼ੁਰੂਆਤ ਵਿੱਚ ਜਿਹੜੇ ਦਾ ਕੁਛ ਕੰਮ ਬਾਕੀ ਨੇ ਸਾਡੀ ਸਟੇਬਲ ਗਵਰਨਮੈਂਟ ਦਾ ਜਿਹੜਾ ਸ਼ੁਰੂ ਹੋ ਜਾਏਗਾ ਬਹੁਤ ਜਲਦੀ। ਇਹ ਜਿਹੜਾ ਲਾਂਘਾ ਖੁੱਲ੍ਹਿਆ ਆ ਮੈਨੂੰ ਲੱਗਦਾ ਕਿ ਪੀਸ ਦਾ ਜਿਹੜਾ ਵਾ ਉਹ ਸ਼ਾਂਤੀ ਦਾ ਸੰਦੇਸ਼ ਲੈ ਕੇ ਆਊਗਾ। ਮੈਂ ਤਾਂ ਪਹਿਲੇ ਕਿਹਾ ਕਿ ਇਹ ਆਪਸੀ ਭਾਈਚਾਰੇ ਦਾ ਜਿਹੜਾ ਸ਼ੁਰੂਆਤ ਹੈ ਉਹ ਅਸੀਂ ਦੇਖਦੇ ਹਾਂ ਕਿ ਇੰਨੇ ਸਾਲਾਂ ਦਾ ਜਿਹੜਾ ਇਹ ਆਪਸੀ ਵਿਭਾਜਨ ਦਾ ਜਿਹੜਾ ਜ਼ਖਮ ਹੈ ਸਾਡੀਆਂ ਕਿਸੇ ਦੂਰੀਆਂ ਨੇ ਉਹ ਦੂਰੀਆਂ ਖਤਮ ਹੋ ਗਈਆਂ ਦਾ ਇੱਕ ਰਸਤਾ ਇਹ ਬਣਿਆ ਹੈ ਔਰ ਜ਼ਰੂਰ ਜਿਹੜਾ ਸ਼ਾਂਤੀ ਹੈ। ਤੁਸੀਂ ਇਮਰਾਨ ਖਾਨ ਦੀ ਸਪੀਚ ਸੁਣੀ ਹੋਊਗੀ, ਉੱਥੇ ਸਪੀਚ ਦੇ ਵਿੱਚ ਉਹਨਾਂ ਨੇ ਸ਼੍ਰੀਨਗਰ ਕਸ਼ਮੀਰ ਨੂੰ ਲੈ ਕੇ ਬੜੀਆਂ ਗੱਲਾਂ ਕੀਤੀਆਂ ਨੇ, ਉਹਦੇ ਬਾਰੇ ਕੀ ਵਿਚਾਰ ਹੋ? ਇਸ ਤਰ੍ਹਾਂ ਕਿ ਐਸੇ ਮੌਕਿਆਂ 'ਤੇ ਕੋਈ ਨੈਗੇਟਿਵ ਕੋਈ ਗੱਲ ਆਉਂਦੀ ਵੀ ਹੈ ਉਹਨੂੰ ਪੋਜ਼ਿਟਿਵਿਟੀ ਦੇ ਵਿੱਚ ਕਿਸ ਤਰ੍ਹਾਂ ਲਿਆ ਜਾ ਸਕਦਾ ਹੈ, ਇਹ ਸਕੀਮਾਂ ਸਾਰੀਆਂ ਬਣਾਉਣਗੇ ਔਰ ਜਿਹੜੇ ਕੰਸਰਨਡ ਲੋਕ ਨੇ ਜਿਹੜੇ ਨੇਤਾ ਨੇ ਉਹ ਆਪਸ ਵਿੱਚ ਗੱਲਬਾਤ ਕਰਕੇ ਸਾਰੀ ਇਹਨਾਂ ਨੂੰ ਠੀਕ ਕਰ ਚਲੋ।
ਇਸ ਦੇ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਜੋ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ 1 ਤਾਰੀਖ ਤੋਂ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਤੁਹਾਨੂੰ ਦੱਸ ਦਈਏ ਕਿ ਕੱਲ੍ਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ ਤੇ ਜੋ ਸਮਾਗਮ ਚੱਲ ਰਹੇ ਨੇ ਉਹ 13 ਤਾਰੀਖ ਤੱਕ ਚੱਲਦੇ ਰਹਿਣਗੇ। ਸੁਲਤਾਨਪੁਰ ਲੋਧੀ ਵਿਖੇ ਰੋਜ਼ਾਨਾ ਲੱਖਾਂ ਦੀ ਤਾਦਾਦ ਵਿੱਚ ਸਿੱਖ ਸੰਗਤ ਨਤਮਸਤਕ ਹੋਣ ਵਾਸਤੇ ਪਹੁੰਚ ਰਹੀ ਹੈ ਅਤੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿੱਚ ਸੰਗਤਾਂ ਕਤਾਰਾਂ ਵਿੱਚ ਲੱਗ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਕੇ ਸ਼੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ। ਅਗਰ ਸੁਲਤਾਨਪੁਰ ਲੋਧੀ ਵੱਲ ਨਜ਼ਰ ਮਾਰ ਕੇ ਵੇਖੀ ਜਾਵੇ ਤਾਂ ਸੁਲਤਾਨਪੁਰ ਲੋਧੀ ਦੀਆਂ ਸਾਰੀਆਂ ਹੀ ਸੜਕਾਂ ਸੰਗਤਾਂ ਦੇ ਨਾਲ ਭਰੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਜੋ ਖੁਸ਼ੀ ਖੁਸ਼ੀ ਗੁਰੂ ਨਾਨਕ ਦੇਵ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਗੁਰੂ ਘਰ ਨਤਮਸਤਕ ਹੋਣ ਵਾਸਤੇ ਪਹੁੰਚ ਰਹੀਆਂ ਨੇ। ये बड़ा सौभाग्य का अवसर है हमारे लिए, विशेष तौर से यहाँ आने का मौका मिला और जो 550वां गुरु नानक जी का चल रहा है पूरे देश भर में बहुत उत्साह के साथ श्रद्धा के साथ लोग मना रहे हैं और मैं देख रहा हूँ कि हर तरफ जो है वो लोग जो है बहुत एक श्रद्धा के भाव के साथ जो है इस कार्यक्रम का आयोजन कर रहे हैं और इस कार्यक्रम में हिस्सा ले रहे हैं और गुरु नानक जी के जीवन से हमको बहुत सारी प्रेरणाएँ मिलती हैं। समाज के सब वर्गों को साथ लेकर के चलना, समाज के गरीब वर्ग के लिए काम करना और उसके साथ साथ में अपने धर्म के प्रति कमिटमेंट, अपने धर्म के प्रति तो अपनी संस्कृति के प्रति जो है सम्मान, इन सारी चीज़ों के लिए जो है उन्होंने इस प्रकार से अपने जीवन निछावर किया, जीवन समर्पित किया। उस प्रेरणा के माध्यम से मैं यही कहना चाहता हूँ कि हम सब में भी वो प्रेरणा जो है वो कायम रहे, बनी रहे, ऐसा मैं और हिमाचल प्रदेश सरकार की ओर से मैं बहुत बहुत बधाई देता हूँ जिस प्रकार से इस आयोजन को यहाँ पर किया गया, पूरे देश भर में जो है वो किया जा रहा है, हिमाचल प्रदेश में भी। आपको कॉरिडोर के जो खुले दर्शन दीदार अब संगत में नसीब हुए, हरियाणा सरकार ने कहा है कि वो यात्रियों का खर्च उठाए, क्या हिमाचल सरकार की तरफ से भी कुछ तरह की? देखिए अभी ये एक नया एक दौर ये शुरू हुआ है, ऐसा इन सारी चीज़ों पर हम बैठ करके विचार करेंगे, अलग अलग प्रपोजल अलग अलग बातें उसमें सारी जगह से आई हैं, उस पर क्या कर सकते हैं, कैसे कर सकते हैं, बेहतर करने की कोशिश। चलो ਗੁਰਪਿਆਰੇ, ਵੱਡੇ ਵੱਡੇ ਸੰਤਰੀ ਮੰਤਰੀ ਬਾਬੇ ਨਾਨਕ ਦਾ ਆਸ਼ੀਰਵਾਦ ਲੈਣ ਵਾਸਤੇ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਰਹੇ ਨੇ ਤੇ ਸਿੱਖ ਸੰਗਤਾਂ ਵੀ ਲੱਖਾਂ ਦੀ ਤਾਦਾਦ ਵਿੱਚ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਕੇ ਬਾਬੇ ਨਾਨਕ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਨੇ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ। ਪਰ ਬਾਬੇ ਨਾਨਕ ਦੇ 550 ਵਾਲਾ ਪ੍ਰਕਾਸ਼ ਪੁਰਬ ਤੇ ਅਗਰ ਗੱਲ ਪੰਜਾਬ ਸਰਕਾਰ ਦੀ ਕੀਤੀ ਜਾਵੇ ਜਾਂ SGPC ਦੀ ਕੀਤੀ ਜਾਵੇ, ਉਹ ਇੱਕ ਹੀ ਖਾਸ ਕਰ ਰਹੇ ਨੇ ਉਹਨਾਂ ਵਰਗਾਂ ਵਾਸਤੇ ਜੋ ਦੱਬੇ ਕੁਚਲੇ ਨੇ, ਜੋ ਗਰੀਬ ਨੇ, ਜਿਹਨਾਂ ਦੇ ਸਿਰ ਤੇ ਕਰਜ਼ੇ ਦੀ ਪੰਡ ਹੈ, ਕਿਉਂਕਿ ਕਰੋੜਾਂ ਰੁਪਈਆ ਪੰਡਾਲਾਂ ਦੇ ਉੱਤੇ ਤਾਂ ਖਰਚ ਕਰ ਦਿੱਤਾ ਗਿਆ, ਸਮਾਗਮਾਂ ਦੇ ਉੱਤੇ ਤਾਂ ਖਰਚ ਕਰ ਦਿੱਤਾ ਗਿਆ, ਪਰ ਕੀ ਗੁਰੂ ਦੀ ਗੋਲਕ ਦੇ ਵਿੱਚੋਂ ਕੁਝ ਗਰੀਬਾਂ ਵਾਸਤੇ ਵੀ ਖਰਚ ਕੀਤਾ ਜਾ ਰਿਹਾ ਹੈ, ਉਹਨਾਂ ਦੀ ਸੁੱਖ ਸਹੂਲਤ ਵਾਸਤੇ, ਉਹਨਾਂ ਦੀ ਮਦਦ ਵਾਸਤੇ ਕੀਤਾ ਜਾ ਰਿਹਾ ਹੈ? ਇਹ ਕੁਝ ਉਹ ਵੱਡੇ ਸਵਾਲ ਨੇ ਜੋ ਪੰਜਾਬ ਸਰਕਾਰ ਨੂੰ ਅਤੇ ਖਾਸ ਕਰਕੇ SGPC ਨੂੰ ਸੋਚਣੇ ਬਣਦੇ ਨੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ, ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਖੰਡਬਾਣੀ ਵਾਸਤੇ ਸੁਲਤਾਨਪੁਰ ਲੋਧੀ ਕਪੂਰਥਲਾ ਤੋਂ ਨਿਰਮਲ ਸਿੰਘ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ
ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ये बड़ा सौभाग्य का अवसर है हमारे लिए, विशेष तौर से यहाँ आने का मौका मिला और जो 550वां गुरु नानक जी का चल रहा है पूरे देश भर में बहुत उत्साह के साथ श्रद्धा के साथ लोग मना रहे हैं और मैं देख रहा हूँ कि हर तरफ जो है वो लोग जो है बहुत एक श्रद्धा के भाव के साथ जो है इस कार्यक्रम का आयोजन कर रहे हैं और इस कार्यक्रम में हिस्सा ले रहे हैं। और गुरु नानक जी के जीवन से हमको बहुत सारी प्रेरणाएँ मिलती हैं, समाज के सब वर्गों को साथ लेकर के चलना, समाज के गरीब वर्ग के लिए काम करना और उसके साथ साथ में अपने धर्म के प्रति कमिटमेंट, अपने धर्म के प्रति तो अपनी संस्कृति के प्रति जो है सम्मान, इन सारी चीज़ों के लिए जो है उन्होंने इस प्रकार से अपने जीवन में चावल किया, जीवन समर्पित किया। उस प्रेरणा के माध्यम से मैं यही कहना चाहता हूँ कि हम सब में भी वो प्रेरणा जो है वो कायम रहे, बनी रहे, ऐसे में और हिमाचल प्रदेश सरकार की ओर से मैं बहुत बहुत बधाई देता हूँ जिस प्रकार से इस आयोजन को यहाँ पर किया गया, पूरे देश भर में जो है वो किया जा रहा है, हिमाचल प्रदेश में भी। आपको कॉरिडोर के जो खुले दर्शन दीदार अब संगत में नसीब हुए, हरियाणा सरकार ने कहा है कि वो यात्रियों का खर्चा उठाएगी, क्या हिमाचल सरकार की तरफ से भी कुछ तरह की? देखिए अभी ये एक नया एक दौर ये शुरू हुआ है, इन सारी चीज़ों पर हम बैठ करके विचार करेंगे। अलग अलग प्रपोजल, अलग अलग बातें उसमें सारी जगह से आई हैं, उसमें क्या कर सकते हैं, कैसे कर सकते हैं, बेहतर करने की कोशिश। चलो।